ਜ਼ਿਲ੍ਹਾ ਅੰਮ੍ਰਿਤਸਰ ਦੇ ਸਠਿਆਲਾ ਕਸਬੇ ਵਿਖੇ ਇੱਕ ਗੈਂਗਸਟਰ ਜਰਨੈਲ ਸਿੰਘ ਦਾ ਕਤਲ ਹੋਇਆ ਸੀ ਉਸ ਮਤਲਕ ਪੰਜਾਬ ਪੁਲਿਸ ਨੇ 10 ਅਜੇੇ ਸ਼ੱਕੀ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ ਜਿਹੜੇ ਬੰਬੀਆ ਗਰੁੱਪ ਦੇ ਦੱਸੇ ਜਾ ਰਹੇ ਨੇ ਇਸ ਮਸਲੇ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਵੀ ਕੜੀਆਂ ਜੋੜ ਦਿੱਤੀਆਂ ਨੇ ਤੇ ਪੰਜਾਬ ਦੇ ਡੀਜੀਪੀ ਗੌਰਵ ਜაძਮ ਸਾਹ ਵੱਲੋਂ ਜਾਰੀ ਕਰ ਦਿੱਤੀਆਂ ਨੇ ਤਸਵੀਰਾਂ ਪਿਛਲੇ ਦਿਨੀ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਸਠਿਆਲਾ ਵਿਖੇ ਕਤਲ ਕੀਤਾ ਗਿਆ ਸੀ ਗੈਂਗਸਟਰ ਜਰਨੈਲ ਸਿੰਘ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀ ਪਛਾਣ ਕੀਤੀ ਆ ਡੀਜੀਪੀ ਗੌਰਵ ਜਾਦਵ ਦੇ ਟਵਿੱਟਰ ਹੈਂਡਲ ਤੋਂ ਜਾਰੀ ਕੀਤੀਆਂ ਗਈਆਂ ਜਿਹੜੀਆਂ ਤਸਵੀਰਾਂ ਨੇ ਉਹ ਤਸਵੀਰਾਂ ਦੇ ਵਿੱਚ 10 ਚਿਹਰੇ ਦਿਖਾਈ ਦੇ ਰਹੇ ਨੇ ਤੇ ਡੀਜੀਪੀ ਪੰਜਾਬ ਪੁਲਿਸ ਵੱਲੋਂ ਕਿਹਾ ਗਿਆ ਕਿ ਇਹਨਾਂ ਰੂਪੀਆਂ ਨੂੰ ਫੜਨ ਵਾਸਤੇ ਪੁਲਿਸ ਛਾਪੇਮਾਰੀ ਕਰ ਰਹੀ ਆ ਡੀਜੀਪੀ ਗੌਰਵ ਜੱਧਵ ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਟਵਿੱਟਰ ਹੈਂਡਲ ਦੇ ਜ਼ਰੀਏ ਜਿਹੜੀ ਜਾਂ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਆ ਉਹਦੇ ਚ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਉਹਨਾਂ ਚ ਉਹ ਜਿਹੜੇ ਦੋਸ਼ੀ ਨੇ ਉਹਨਾਂ ਦੀ ਪਛਾਣ ਮਨਪ੍ਰੀਤ ਸਿੰਘ ਮੋਣ ਬਲਵਿੰਦਰ ਸਿੰਘ ਡੋਨੀ ਗਗਨਦੀਪ ਸਿੰਘ ਡਾਡੀ ਜੋਬਨਜੀਤ ਸਿੰਘ ਬਿੱਲਾ ਗੁਰਵੀਰ ਸਿੰਘ ਜੋਬਨ ਗੁਰਮੇਸ ਸਿੰਘ ਮਨਜੀਤ ਮਾਲ ਦੇ ਤੌਰ ਤੇ ਹੋਈ ਆ ਇਸ ਤੋਂ ਇਲਾਵਾ ਦੋ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨਾ ਉਹਨਾਂ ਦੀ ਹੱਲੇ ਤੱਕ ਪੁਲਿਸ ਨੂੰ ਪਛਾਣ ਨਹੀਂ ਪਤਾ ਲੱਗ ਸਗੀ ਕਿ ਉਹਦੀ شناخت ਕੀ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਇਸ ਮਸਲੇ 'ਚ ਡੀਜੀਪੀ ਗੌਰਵ ਜਾਦਵ ਨੇ ਜਿਹੜਾ ਟਵਿੱਟਰ ਹੈਂਡਲ ਤੇ ਜਾਣਕਾਰੀ ਦਿੱਤੀ ਔਰ ਪ੍ਰੈਸ ਨੋਟ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਨੇ ਇਸ ਮਸਲੇ ਦੇ ਵਿੱਚ ਜਿਹੜੀ ਕਹਾਣੀ ਆ ਪਰਦੇ ਦੇ ਪਿੱਛੇ ਹੀ ਉਹਨੂੰ ਸਲਝਾ ਲਿਆ ਤੇ ਜਲਦੀ ਹੀ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ। ਕਰੀਬ 6 ਦਿਨ ਪਹਿਲਾਂ ਅੰਮ੍ਰਿਤਸਰ ਦੇ ਸਠਿਆਲਾ ਵਿਖੇ ਜਰਨੈਲ ਸਿੰਘ ਜਿਹੜੇ ਗੈਂਗਸਟਰ ਆ ਉਹਦੀਆਂ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ। ਪਿੰਡ ਸਠਿਆਲਾ ਵਿਖੇ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਜਿਹੜੇ ਆਏ ਸੀ ਚਾਰ ਨਕਾਬਪੋਸ਼ ਬਦਮਾਸ਼ਾਂ ਨੇ ਜਰਨੈਲ ਸਿੰਘ ਦੇ ਕਰੀਬ 24 ਗੋਲੀਆਂ ਮਾਰੀਆਂ ਸੀ। ਇਸ ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ। ਜਿਵੇਂ ਹੀ ਨਕਾਬਪੋਸ਼ ਬਦਮਾਸ਼ ਦੁਕਾਨ ਤੋਂ ਬਾਹਰ ਨਿਕਲੇ ਤੇ ਜਰਨੈਲ ਸਿੰਘ ਉਹਨਾਂ ਨੂੰ ਵੇਖ ਕੇ ਭੱਜਣ ਲੱਗਾ ਪਰ ਉਹਨਾਂ ਨੇ ਉਸੇ ਵੇਲੇ ਹੀ ਉਹਦੇ ਗੋਲੀਆਂ ਬਰਸਾਦ ਦਿੱਤੀਆਂ ਜਿਸ ਕਰਕੇ ਉਹਦੀ ਮੌਤ ਹੋ ਗਈ। ਸ਼ੁਰੂਆਤੀ ਜਾਂਚ ਤੇ ਵੀ ਪਤਾ ਚੱਲਾ ਸੀ ਕਿ ਜਰਨੈਲ ਸਿੰਘ ਦੇ ਉੱਪਰ ਕਰੀਬ 24 ਦੇ ਆਸ-ਪਾਸ ਰਾਉਂਡ ਫਾਇਰ ਕੀਤੇ ਨੇ ਜਿਸ ਕਰਕੇ ਉਹਦੀ ਮੌਤ ਹੋ ਗਈ ਸੀ। ਜਿਹੜੇ ਮਾਰਨ ਆਏ ਸੀ ਕਾਤਲ ਉਹ ਗੋਲੀਆਂ ਉਦੋਂ ਤੱਕ ਚਲਾਉਂਦੇ ਰਹੇ ਜਦੋਂ ਤੱਕ ਉਹਦੀ ਜਰਨੈਲ ਸਿੰਘ ਦੀ ਮੌਤ ਨਹੀਂ ਹੋ ਗਈ। ਅਗਲੇ ਦਿਨ ਹੀ ਬੰਬੀਆ ਗਰੁੱਪ ਨੇ ਫੇਸਬੁੱਕ ਤੇ ਪੋਸਟ ਪਾ ਕੇ ਹੱਤਿਆ ਦੀ ਕਤਲ ਦੀ ਜ਼ਿੰਮੇਵਾਰੀ ਲਈ ਸੀ ਬੰਬੀਆ ਗੈਂਗ ਦੀ ਤਰਫੋਂ ਜਿਹੜੀ ਫੇਸਬੁੱਕ ਤੇ ਪੋਸਟ ਪਾਈ ਗਈ ਸੀ ਉਹਦੇ ਚ ਲਿਖਿਆ ਸੀ ਕਿ ਸਤਿਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਇਹ ਜੋ ਕੱਲ ਸਠਿਆਲਾ ਪਿੰਡ ਵਿੱਚ ਕਤਲ ਹੋਇਆ ਇਹ ਕਤਲ ਸਾਡੇ ਭਰਾ ਦੋਨੀ ਬੱਲ ਸਠਿਆਲਾ ਤੇ ਗੋਪੀ ਮਹਿਲ ਨੇ ਕੀਤਾ ਕੰਮ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਇਹ ਵੀ ਕਿ ਜਿਹੜਾ ਹੁਣ ਜਿਹੜੀ ਸਥਿਤੀ ਆ ਉਹ ਸਪਸ਼ਟ ਹੋ ਰਹੀ ਆ ਕਿ ਜਿਹੜਿਆਂ ਦੀ ਪਛਾਣ ਕੀਤੀ ਗਈ ਆ ਔਰ ਜਿਹੜਾ ਉਹਨਾਂ ਵੱਲੋਂ ਬੰਬੀਹਾ ਗਰੁੱਪ ਵੱਲ ਜ਼ਿੰਮੇਵਾਰੀ ਵੀ ਲਈ ਗਈ ਉਸ ਤੋਂ ਬਾਅਦ ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਆ ਪੰਜਾਬ ਪੁਲਿਸ ਵੱਲੋਂ ਉਹਨਾਂ ਨੇ ਜਿਹੜੀਆਂ ਕੜੀਆਂ ਜੋੜ ਲਈਆਂ ਕਿ ਇਹਦੇ ਪਿੱਛੇ ਬੰਬੀਹਾ ਗਰੁੱਪ ਦੇ ਲੋਕ ਨੇ ਜਿਸ ਕਰਕੇ ਅੱਜ ਪੰਜਾਬ ਦੇ ਡੀਜੀਪੀ ਵੱਲੋਂ ਵੀ ਜਿਹੜੇ 10 ਸ਼ੂਟਰ ਨੇ ਜਿਨ੍ਹਾਂ ਦੀ ਪਛਾਣ ਕੀਤੀ ਗਈ ਆ ਜਿਨ੍ਹਾਂ ਦੀਆਂ ਤਸਵੀਰਾਂ ਜਨਤਕ ਕਰ ਦਿੱਤੀਆਂ ਗਈਆਂ ਨੇ ਕਿ ਇਹ ਇਹੋ ਹੀ ਲੋਕ ਨੇ ਜਿਨ੍ਹਾਂ ਨੇ ਪਿੰਡ ਸਠਿਆਲਾ ਵਿਖੇ ਗੈਂਗਸਟਰ ਜਰਨੈਲ ਸਿੰਘ ਤੇ ਗੋਲੀਆਂ ਚਲਾਈਆਂ ਸੀ ਤੇ ਉਹਦਾ ਕਤਲ ਕਰ ਦਿੱਤਾ ਗਿਆ ਸੋ ਦੇਖਦੇ ਆ ਕਿ ਜਿਹੜੇ 10 ਗੈਂਗਸਟਰ ਨੇ ਜਿਹੜੇ ਸ਼ੂਟਰ ਨੇ ਇਹਨਾਂ ਦਾ ਅਸ਼ੋਕੜ ਕੀ ਆ ਕੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਮਕਦਮੇ ਦਰਜ ਹੋਏ ਨੇ ਤੇ ਸਭ ਤੋਂ ਵੱਡਾ ਸਵਾਲ ਆ ਕਿ ਇਹਨਾਂ ਦੀ ਗ੍ਰਿਫਤਾਰੀ ਕਦੋਂ ਹੋਏਗੀ ਕਿ ਕਦੋਂ ਇਹ ਸਾਰੇ ਜਾਣੇ ਫੜੇ ਜਾਣਗੇ ਇੱਕ ਗੱਲ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਰੋਜ਼ ਕੋਈ ਨਾ ਕੋਈ ਮਾੜੀ ਘਟਨਾ ਸੁਣਨ ਨੂੰ ਪੜਨੂੰ ਮਿਲ ਰਹੀ ਹੈ ਗਿਆ। ਤੇ ਖਾਸ ਕਰਕੇ ਸੂਬੇ ਦਾ ਜਿਹੜਾ ਵਪਾਰੀ ਤਬਕਾ ਉਹ ਵੀ ਕਾਫੀ ਪਰੇਸ਼ਾਨ ਆ। ਜਦੋਂ ਦਾ ਨਕੂਦਰ ਨੂਰ ਮਹਿਲ ਵਿਖੇ ਇੱਕ ਦੁਕਾਨਦਾਰ ਦਾ ਕਤਲ ਕੀਤਾ ਗਿਆ ਸੀ। ਫਿਲਹਾਲ ਪੰਜਾਬ ਪੁਲਿਸ ਵਾਸਤੇ ਵੱਡੀ ਚੁਣੌਤੀ ਜਿਹੜਾ ਗੈਂਗਸਟਰ ਮਾਰਿਆ ਗਿਆ ਜਰਨੈਲ ਸਿੰਘ ਸਠਿਆਲਾ ਉਸ ਮਸਲੇ ਜਿਹੜੇ ਜਿਹੜੇ ਕਾਤਲ ਨੇ ਸ਼ੂਟਰ ਨੇ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਨੇ ਦੇਖਦੇ ਹਾਂ ਕਿ ਪੰਜਾਬ ਪੁਲਿਸ ਜਾਂ ਜਿਹੜਾ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਿਆ ਉਹਨਾਂ ਨੂੰ ਕਦੋਂ ਕਾਮਯਾਬੀ ਮਿਲਦੀ ਆ ਫਿਲਹਾਲ ਤੁਸੀਂ ਬੜੇ ਰਹੋ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ